ਗੱਲ ਜੀ ਸਾਨੂੰ ਤੁਹਾਨੂੰ ਸਾਰਿਆਂ ਨੂੰ ਦੁਬਾਰਾ ਚੈਨਲ ਤੇ ਸਤਿ ਸ਼੍ਰੀ ਅਕਾਲ। ਸੋ ਅੱਜ ਅਸੀਂ ਚੱਲੇ ਹਾਂ ਜੀ ਪਟਿਆਲੇ ਕੁਲਚੇ ਵਾਲੇ ਦੇ ਕੋਲ ਖਾਣ ਅਤੇ ਦੇਖਦੇ ਹਾਂ ਖਾ ਕੇ ਕੀ ਚੀਜ਼ਾਂ ਅਤੇ ਕੀ ਰਿਵਿਊ ਦਿਖਾਵਾਂਗੇ ਤੁਹਾਨੂੰ ਕਿ ਟੇਸਟ ਦਾ ਕੀ ਮਤਲਬ ਵਧੀਆ ਕਿ ਠੀਕ ਠਾਕ ਜਾ। ਅਤੇ ਚਲੋ ਲੈ ਕੇ ਚੱਲਦੇ ਹਾਂ ਤੁਹਾਨੂੰ ਨਾਲ। ਤੁਹਾਨੂੰ ਇੱਕ ਹੋਰ ਗੱਲ ਦੱਸੀਏ, ਇੱਥੇ ਇੰਨਾ ਕੁ ਫੇਮਸ ਜਿਹੜਾ ਵਰਲਡ ਵਾਈਡ ਐਕਟਰ ਹੈ ਨਾ ਦਲਜੀਤ ਦੋਸਾਂਝ, ਉਹ ਇੱਥੇ ਕੁਲਚੇ ਛੋਲੇ ਖਾਂਦਾ ਰਿਹਾ ਜੀ ਜਿੱਥੇ ਆਪਾਂ ਜਾਣਾ ਹੁਣ, ਅਤੇ ਤੁਹਾਨੂੰ ਵੀ ਦਿਖਾਵਾਂਗੇ ਆਪਾਂ ਖਾਣਾ, ਅਤੇ ਤੁਸੀਂ ਇੰਜੋਏ ਕਰਿਓ ਦੇਖ ਕੇ ਸਾਨੂੰ, ਹੋਰ ਤੁਹਾਡੇ ਮੂੰਹ 'ਚ ਪਾਣੀ ਜ਼ਰੂਰ ਆਊਗਾ। ਚਲੋ ਮਿਲਦੇ ਹਾਂ ਜੀ ਤੁਹਾਨੂੰ ਬਾਅਦ 'ਚ ਉੱਥੇ। ਤੁਹਾਨੂੰ ਦੱਸਦੇ ਹਾਂ ਟੇਸਟ ਇਹਦਾ ਕਿੱਦਾਂ ਦਾ। ਵੈਸੇ ਆਪਾਂ ਤਾਂ ਬਹੁਤ ਦੇਰ ਦੇ ਇੱਥੇ ਖਾਂਦੇ ਰਹੇ ਹਾਂ, ਘਰ ਵੀ ਆਪਾਂ ਲੈ ਕੇ ਜਾਵਾਂਗੇ ਥੋੜ੍ਹੀ ਦੇਰ। ਬਹੁਤ ਹੀ ਵਧੀਆ ਟੇਸਟ ਹੈ, ਤੁਸੀਂ ਵੀ ਇੱਕ ਵਾਰ ਖਾਣ ਇੱਥੇ ਆਇਓ। ਆਪਾਂ ਤੁਹਾਨੂੰ ਲਿੰਕ ਦੇਵਾਂਗੇ, ਡਿਸਕ੍ਰਿਪਸ਼ਨ 'ਚ ਐਡਰੈਸ ਦੇਵਾਂਗੇ ਤੁਹਾਨੂੰ। ਬਹੁਤ ਹੀ ਟੇਸਟੀ ਹੈ, ਅਤੇ ਅੱਗੇ ਤੁਹਾਨੂੰ ਹੋਰ ਵੀ ਆਈਟਮਾਂ ਦਿਖਾਉਂਦੇ ਹਾਂ। ਪਹਿਲਾਂ ਇਹ ਖਾ ਲਈਏ, ਫਿਰ ਅਗਲੀ ਆਈਟਮ ਦਿਖਾਉਂਦੇ ਹਾਂ ਤੁਹਾਨੂੰ। ਬੇਸਿਕਲੀ ਮੈਨੂੰ ਵੀ ਹੁਣ ਬਹੁਤ ਟੇਸਟੀ ਲੱਗਿਆ, ਅਤੇ ਇਹਦੇ ਫਲੇਵਰਸ ਅਤੇ ਬਹੁਤ ਹੀ ਟੇਸਟ ਵਧੀਆ ਆ ਰਿਹਾ, ਅਤੇ ਇਹਦਾ ਕੁਲਚਾ ਜਿਹੜਾ ਉਹ ਪੂਰਾ ਰਾੜ ਕੇ ਦਿੱਤਾ, ਇਹਨਾਂ ਦੇ ਨਿਊਟਰੀ ਦਾ ਟੇਸਟ ਵੀ ਬਹੁਤ ਜ਼ਿਆਦਾ ਵਧੀਆ ਆ ਰਿਹਾ। ਮੈਂ ਤੁਹਾਨੂੰ ਸੁਜੈਸ਼ਨ ਦੇਵਾਂਗਾ ਤੁਸੀਂ ਵੀ ਇੱਥੇ ਆਓ ਅਤੇ ਟਰਾਈ ਕਰਕੇ ਜਾਓ। ਹਾਂਜੀ, ਹੁਣ ਤਾਂ ਆਪਾਂ ਨਿਊਟਰੀ ਕੁਲਚਾ ਤਾਂ ਖਾ ਲਿਆ, ਹੁਣ ਆਪਾਂ ਮੰਗਵਾਏ ਆ ਹਾਫ ਮਿਕਸ ਨਾਨ, ਉਹ ਵੀ ਤੁਹਾਨੂੰ ਦਿਖਾਉਂਦੇ ਹਾਂ, ਅਤੇ ਉਹਦਾ ਟੇਸਟ ਵੀ ਬਹੁਤ ਵਧੀਆ। ਇਹ ਦੁਕਾਨ ਕਾਫੀ ਪੁਰਾਣੀ ਆ, ਤੁਸੀਂ ਦੇਖੋਗੇ ਨਾ ਆ ਕੇ, ਬਟ ਇਹਦਾ ਟੇਸਟ ਹੈ ਨਾ ਜਿਹੜਾ ਹਜੇ ਤੱਕ ਚੇਂਜ ਨਹੀਂ ਹੋਇਆ, ਬਹੁਤ ਪੁਰਾਣਾ ਟੇਸਟ ਇਹਦਾ, ਉਹ ਵੀ ਬਹੁਤ ਵਧੀਆ ਟੇਸਟ ਹੈ। ਬਾਕੀ ਹੁਣ ਤੁਹਾਨੂੰ ਅਗਲੀ ਆਈਟਮ ਦਿਖਾਉਂਦੇ ਹਾਂ, ਫਿਰ ਇੱਕ ਦੋ ਹੋਰ ਦੇਖਾਂਗੇ। ਇਹ ਬਹੁਤ ਹੀ ਫੇਮਸ ਦੁਕਾਨ ਹੈ ਕਿਉਂਕਿ ਇੱਥੇ ਦਲਜੀਤ ਦੋਸਾਂਝ ਜਿਹੜਾ ਬੜਾ ਵੱਡਾ ਸਿੰਗਰ ਹੈ ਅਤੇ ਐਕਟਰ ਵੀ ਹੈ, ਇੱਥੇ ਬਹੁਤ ਵਾਰੀ ਆ ਕੇ ਖਾ ਚੁੱਕਾ ਹੈ, ਅਤੇ ਬਹੁਤ ਹੀ ਵਧੀਆ ਦੁਕਾਨ ਉਹਨੂੰ ਵੀ ਲੱਗੀ ਸੀਗੀ। ਉਹਦੀ ਵੀ ਫੇਵਰੇਟ ਜਗ੍ਹਾ ਸੀ, ਇੱਥੇ ਕੁਲਚੇ ਛੋਲੇ ਖਾਂਦਾ ਹੁੰਦਾ ਸੀ, ਨਾਨ ਛੋਲੇ ਖਾਂਦਾ ਸੀ, ਉਹਦੀ ਵੀ ਬਹੁਤ ਫੇਵਰੇਟ ਜਗ੍ਹਾ ਸੀ। ਹਾਂਜੀ, ਆ ਜਾਓ ਜੀ, ਹੁਣ ਆਪਾਂ ਕਰਨ ਲੱਗਿਆ ਦੂਜੀ ਆਈਟਮ ਟੇਸਟ। ਬਹੁਤ ਹੀ ਟੇਸਟੀ ਆ, ਇਹ ਵੀ ਬਹੁਤ ਟੇਸਟੀ ਆ ਜੀ, ਜਿਹੜਾ ਕ੍ਰਿਸਪ ਹੈ ਨਾ ਨਾਨ 'ਚ ਕ੍ਰਿਸਪ ਬਹੁਤ ਜੀ। ਹੁਣ ਆਪਾਂ ਕੀਤਾ ਨਾਨ ਟੇਸਟ, ਨਾਨ ਇੰਨਾ ਕੁ ਕ੍ਰਿਸਪੀ ਹੈ ਨਾ, ਖਾਂਦੇ ਹੀ ਬਹੁਤ ਮਜ਼ਾ ਆ ਗਿਆ। ਨਾਲ ਇਹਨਾਂ ਨੇ ਜਿਹੜਾ ਬਟਰ ਪਾਇਆ ਨਾ ਬਟਰ, ਉਹ ਨਾਲ ਤਾਂ ਨਾਨ ਦਾ ਟੇਸਟ ਹੋਰ ਵੱਧ ਗਿਆ ਜੀ, ਬਹੁਤ ਹੀ ਟੇਸਟੀ ਆ, ਬਹੁਤ ਹੀ ਟੇਸਟੀ, ਬਹੁਤ ਟੇਸਟੀ ਆ ਜੀ। ਦੱਸ ਭਾਈ, ਤੂੰ ਤਾਂ ਖਾਣ ਹੀ ਲੱਗ ਗਿਆ, ਇਹ ਤਾਂ ਗਲਤ ਗੱਲ ਆ। ਤੇ ਮੈਂ ਨਾਨ ਖਾਧਾ, ਬਹੁਤ ਟੇਸਟੀ, ਇਹਦਾ ਬਟਰੀ ਵੀ ਬਹੁਤ, ਅਤੇ ਅੰਦਰ ਇਹਦੀ ਫੀਲਿੰਗ ਹੈ ਨਾ ਜਿਹੜੀ, ਉਹ ਵੀ ਬਹੁਤ ਟੇਸਟੀ, ਅਤੇ ਛੋਲਿਆਂ ਨਾਲ ਹੋਰ ਵੀ ਵਧੀਆ ਲੱਗਦੀ ਹੈ। ਮੈਂ ਤਾਂ ਤੁਹਾਨੂੰ ਇਹੀ ਸੁਜੈਸ਼ਨ ਦਊਂਗਾ ਫਿਰ ਤੋਂ ਕਿ ਤੁਸੀਂ ਵੀ ਆ ਕੇ ਟਰਾਈ ਕਰੋ ਜ਼ਰੂਰ। ਹਾਂਜੀ, ਆਪਾਂ ਦੋ ਆਈਟਮਾਂ ਤਾਂ ਹੁਣ ਟੇਸਟ ਕਰ ਲਈਆਂ, ਅਤੇ ਇਹਨਾਂ ਦੀ ਹੋਰ ਵੀ ਜਿਹੜੀ ਉਹ ਨੇ ਫੇਮਸ ਆਈਟਮਾਂ, ਜਿਵੇਂ ਹੋ ਗਏ ਨਿਊਟਰੀ ਕੁਲਚਾ ਤਾਂ ਆਪਾਂ ਖਾ ਲਿਆ, ਛੋਲੇ ਕੁਲਚੇ ਹੋ ਗਏ, ਭਟੂਰੇ ਛੋਲੇ ਹੋ ਗਏ, ਚਾਵਲ ਹੋ ਗਏ, ਆਪਣਾ ਫਲੂਦਾ ਹੋ ਗਿਆ, ਇਹਨਾਂ ਦਾ ਗੁਲਾਬ ਜਾਮਣ, ਬਹੁਤ ਕੁਝ ਫੇਮਸ ਹੈ। ਆਪਾਂ ਇੰਨੀਆਂ ਚੀਜ਼ਾਂ ਤਾਂ ਖਾ ਨਹੀਂ ਪਾਵਾਂਗੇ, ਇੱਕ ਤੋਂ ਹੋਰ ਦਿਖਾਵਾਂਗੇ ਤੁਹਾਨੂੰ, ਅਤੇ ਦੋ ਤਾਂ ਆਪਾਂ ਟੇਸਟ ਕਰ ਲਈ ਨਹੀਂ, ਅਤੇ ਆਪਾਂ ਇੰਨੀ ਚੀਜ਼ਾਂ ਖਾ ਨਹੀਂ ਪਾਵਾਂਗੇ, ਬਿਰਡ ਸਹੀ ਗਿਆ, ਅਤੇ ਤੁਸੀਂ ਜੇ ਟੇਸਟ ਕਰਨੀ ਤੁਸੀਂ ਆ ਕੇ ਕਰ ਸਕਦੇ ਹੋ, ਇੱਥੇ ਬਹੁਤ ਆਈਟਮਾਂ ਨੇਗੀਆਂ ਟੇਸਟ ਕਰਨ ਨੂੰ ਵੀ, ਅਲੱਗ ਅਲੱਗ ਤਰੀਕੇ ਦੇ। ਹਾਂਜੀ, ਜਦ ਤੁਸੀਂ ਇੱਥੇ ਆਉਣਾ, ਇਹ ਵਿਸ਼ਕਰਮਾ ਚੌਂਕ ਨਾ ਦੋ ਨੇ, ਇੱਕ ਹੈਗਾ ਸਿਟਿੰਗ ਅਰੇਂਜਮੈਂਟ, ਇੱਕ ਰੇਹੜੀਆਂ ਲੱਗਦੀਆਂ ਨੇ, ਰੇਹੜੀਆਂ 'ਚ ਇੱਕ ਇਹਨਾਂ ਦੀ ਰੇਹੜੀ ਹੈ ਜਿਹੜੀ ਬਾਹਰ ਲੱਗਦੀਆਂ ਨੇ, ਅਤੇ ਬਹੁਤ ਰੇਹੜੀਆਂ ਨੇ ਉੱਥੇ, ਸਾਰਾ ਕੁਛ ਹੈ, ਇੱਕ ਸੀਟਿੰਗ ਅਰੇਂਜਮੈਂਟ ਹੈ ਜਿੱਥੇ ਅਸੀਂ ਬਹਿ ਕੇ ਹੁਣ ਖਾ ਰਹੇ ਹਾਂ। ਇਹ ਤੁਸੀਂ ਦੇਖ ਲਿਓ ਹੁਣ ਤੁਸੀਂ ਕਿੱਧਰ ਨੂੰ ਖਾਣਾ, ਅਤੇ ਤੁਹਾਨੂੰ ਆਪਾਂ ਲਿੰਕ, ਆਪਣਾ ਐਡਰੈਸ ਤੁਹਾਨੂੰ ਆਪਾਂ ਡਿਸਕ੍ਰਿਪਸ਼ਨ 'ਚ ਦੇ ਦਾਂਗੇ। ਵੈਸੇ ਤੁਹਾਨੂੰ ਐਡਰੈਸ ਆਪਾਂ ਇੱਧਰ ਵੀ ਦੱਸ ਦਿੰਦੇ ਹਾਂ, ਵਿਸ਼ਕਰਮਾ ਚੌਂਕ ਪੁਲਿਸ ਸਟੇਸ਼ਨ ਦੀ ਬੈਕ ਸਾਈਡ 'ਤੇ ਦੁਕਾਨ ਹੈ, ਅਤੇ ਉਹਦੇ ਨੇੜੇ ਹੀ ਉੱਥੇ ਰੇਹੜੀਆਂ ਲੱਗਦੀਆਂ ਨੇ।
ਆਪਣੀ ਤੀਜੀ ਆਈਟਮ ਆ ਚੁੱਕੀ ਹੈ, ਬਿਰਿਆਨੀ ਕਹਿ ਲਓ, ਰਾਈਸ ਕਹਿ ਲਓ, ਪੁਲਾਓ ਕਹਿ ਲਓ, ਆ ਗਏ ਗ੍ਰੇਵੀ ਵਾਲੇ ਪੁਲਾਓ ਆ ਗਏ ਆ, ਅਤੇ ਇਹਨਾਂ ਨੇ ਦਿੱਤਾ ਪਿਆਜ਼ ਅਤੇ ਇੱਕ ਫਰਾਈਡ ਮਿਰਚ ਅਤੇ ਨਿੰਬੂ ਵੀ ਇਹਨਾਂ ਨੇ ਸਾਈਡ 'ਤੇ ਦਿੱਤਾ, ਅਤੇ ਹੁਣ ਆਪਾਂ ਟੇਸਟ ਕਰਦੇ ਅਤੇ ਤੁਹਾਨੂੰ ਦੱਸਦੇ ਹਾਂ ਕਿੱਦਾਂ ਦਾ ਕਰ ਬਈ ਟੇਸਟ। ਮਿਰਚ ਖਾ ਲਈ ਹੈ, ਮਿਰਚ ਖਾ ਲਈ, ਖਾ ਕੇ ਦੱਸ ਮਿਰਚ ਕਿੱਦਾਂ ਦੀ ਹੈ, ਤਿੱਖੀ ਹੈ ਕਿ ਠੰਡੀ ਹੈ, ਖਾ ਲਾ ਖਾ ਲਾ ਖਾ ਲਾ, ਕਿੱਦਾਂ ਦਾ ਹੈ ਟੇਸਟ? ਬਹੁਤ ਵਧੀਆ ਹੈ ਬੇਸਿਕਲੀ, ਇਹਨਾਂ ਦੇ ਚਾਵਲ ਵੀ ਬਹੁਤ ਟੇਸਟੀ ਹੈ, ਉੱਪਰ ਜਿਹੜੀ ਗ੍ਰੇਵੀ ਪਾਈ ਬੇਸਿਕਲੀ ਉਹਦਾ ਟੇਸਟ ਵੀ ਬਹੁਤ ਆ ਰਿਹਾ, ਅਤੇ ਨਿੰਬੂ ਨਾਲ ਸਾਫ਼ ਪਾ ਰਿਹਾ, ਬਹੁਤ ਟੇਸਟੀ ਆ ਵੈਸੇ ਤਾਂ, ਹੁਣ ਤੁਸੀਂ ਵੀ ਟਰਾਈ ਕਰਿਓ। ਅਤੇ ਜਿਹੜੀ ਤੁਸੀਂ ਮਿਰਚ ਦੇਖ ਰਹੇ ਹੋ ਨਾ, ਮਿਰਚ ਪਕੌੜਾ, ਇਹਨਾਂ ਦਾ ਇਹ ਵੀ ਬਹੁਤ ਫੇਮਸ ਹੈ, ਅਤੇ ਤੁਸੀਂ ਦੁਬਾਰਾ ਮੰਗੋਗੇ ਇਹ ਮਿਲਣਾ ਨਹੀਂ ਹੈਗਾ, ਇਹ ਬੇਸਿਕਲੀ ਇੱਕ ਵਾਰੀ ਮਿਲਦਾ ਅਤੇ ਬਹੁਤ ਟੇਸਟੀ ਹੁੰਦਾ, ਇਹ ਖਾ ਕੇ ਦੇਖਾਂਗੇ, ਬਟ ਅੱਜ ਤੱਕ ਮਿਰਚ ਖਾਧੀ ਨਹੀਂ, ਬਟ ਇਹ ਦੁਬਾਰਾ ਨਹੀਂ ਮਿਲਦਾ ਹੈਗਾ। ਇੱਕ ਤਰ੍ਹਾਂ ਦੀ ਨਾ ਵੈਜ ਬਿਰਿਆਨੀ ਹੈ, ਸਵਾਦ ਬਹੁਤ ਹੈ, ਇਹਦੀ ਜਿਹੜੀ ਗ੍ਰੇਵੀ ਹੁੰਦੀ ਹੈ ਨਾ, ਗ੍ਰੇਵੀ ਦਾ ਜਿਹੜਾ ਟੇਸਟ ਹੈ ਨਾ, ਕਿਤੇ ਨਹੀਂ ਤੁਹਾਨੂੰ ਲੁਧਿਆਣੇ 'ਚ ਮਿਲਣਾ। ਅਤੇ ਹੁਣ ਇਹ ਸਰਦਾਰ ਜੀ ਖਾ ਰਹੇ ਆ ਨਿੰਬੂ, ਇਹਨਾਂ ਨੇ ਇੰਨਾ ਪਾ ਤਾ ਉੱਤੇ। ਹਾਂ ਬਈ ਦੱਸ ਟੇਸਟ ਕਿੱਦਾਂ ਲੱਗਾ? ਬਹੁਤ ਵਧੀਆ, ਮੂੰਹ 'ਚ ਨਾ ਖਾਣ ਦਾ ਮਨ ਕਰਦਾ ਬਹੁਤ, ਤੇਲ ਖਾ ਲਓ, ਜਿੰਨਾ ਖਾ ਸਕਦੇ ਖਾ ਲਓ, ਸਾਨੂੰ ਖਾਣ ਦਿਓ, ਤੁਸੀਂ ਵੀਡੀਓ ਇੰਜੋਏ ਕਰੋ। ਹਾਂਜੀ, ਆਪਾਂ ਆਏ ਤਾਂ ਸਹੀ ਟਾਈਮ ਸਿਰ, ਅਤੇ ਤੁਸੀਂ ਜੇ 1 ਜਾਂ 1:30 ਵਜੇ ਤੋਂ ਬਾਅਦ ਇੱਥੇ ਆਓਗੇ ਨਾ, ਤੁਹਾਨੂੰ ਬਹਿਣ ਦੀ ਜਗ੍ਹਾ ਨਹੀਂ ਮਿਲਦੀ, ਤੁਸੀਂ 2.5-3 ਘੰਟੇ ਵੇਟ ਕਰਨਾ ਪੈਣਾ ਤਾਂ ਜਾ ਕੇ ਕਿਤੇ ਬਹਿਣ ਦੀ ਤੁਹਾਨੂੰ ਜਗ੍ਹਾ ਮਿਲੂ, ਕਿਉਂਕਿ ਲੰਚ ਟਾਈਮ ਹੋ ਜਾਂਦਾ, ਲੰਚ ਟਾਈਮ 'ਤੇ ਇੰਨੇ ਕੁ ਰਸ਼ ਹੋ ਜਾਂਦਾ ਕਿ ਬੰਦੇ ਬਾਹਰ ਖੜ੍ਹੇ ਹੁੰਦੇ ਵੇਟਿੰਗ ਵਿੱਚ, ਅਤੇ ਤੁਸੀਂ ਆਉਣਾ ਤਾਂ 12 ਵਜੇ ਤੋਂ ਪਹਿਲਾਂ ਆਓ ਜਾਂ ਫਿਰ 3 ਵਜੇ ਤੋਂ ਬਾਅਦ ਆਓ। ਤੁਹਾਨੂੰ ਪਤਾ ਹੀ ਆ ਖਾਣੇ ਦੇ ਬਾਅਦ ਕੁਛ ਮਿੱਠਾ ਹੋ ਜਾਏ, ਇਹ ਹੁਣ ਟੇਸਟ ਕਰਕੇ ਦੱਸੂਗਾ ਜੀ ਕਿੱਦਾਂ ਦਾ। ਚਲੋ ਹੁਣ ਟੇਸਟ ਕਰਦੇ ਹਾਂ, ਕਰੋ ਕਰੋ ਟੇਸਟ ਕਰੋ। ਬਹੁਤ ਵਧੀਆ ਟੇਸਟ, ਇਹਦੇ ਵਿੱਚ ਨਾ ਕੁਲਫੀ ਦਾ ਟੇਸਟ ਵੀ ਆਉਂਦਾ, ਬਹੁਤ ਵਧੀਆ ਸੀਗਾ, ਅਤੇ ਹੁਣ ਆਪ ਜੀ ਵੀ ਟਰਾਈ ਕਰਨਗੇ। ਬਹੁਤ ਟੇਸਟੀ ਹੈ, ਮਿੱਠਾ ਵੀ ਠੀਕ ਠੀਕ ਹੈ, ਜ਼ਿਆਦਾ ਨਹੀਂ ਹੈਗਾ, ਲਾਈਟ ਮਿੱਠਾ ਹੈ, ਬਹੁਤ ਟੇਸਟੀ ਹੈ। ਅਤੇ ਤੁਹਾਨੂੰ ਸਾਰਿਆਂ ਨੂੰ ਇਹੀ ਕਹਾਂਗੇ, ਇੱਕ ਵਾਰ ਜੇ ਲੁਧਿਆਣੇ ਜਿਹੜਾ ਵੀ ਆਉਂਦਾ, ਜਿੱਥੋਂ ਵੀ ਦੇਖ ਰਿਹਾ ਬੰਦਾ, ਇੱਕ ਵਾਰ ਇੱਥੇ ਆਓ ਦੁਕਾਨ 'ਤੇ, ਪਟਿਆਲਾ A1 ਢਾਬਾ, ਸਾਰਾ ਵੈਜੀਟੇਰੀਅਨ ਹੈ, ਜੋ ਤੁਸੀਂ ਖਾਣਾ ਸਭ ਮਿਲੂਗਾ, ਜਾਂਪਾ ਵੀ ਨੇ, ਨਿਊਟਰੀ ਕੁਲਚਾ, ਭਟੂਰੇ, ਛੋਲੇ ਸਭ ਨੇ, ਜੋ ਤੁਸੀਂ ਖਾਣਾ ਆਓ ਇੱਕ ਵਾਰ ਵਿਜ਼ਿਟ ਜ਼ਰੂਰ ਕਰਿਓ। ਅਤੇ ਨਾਲੇ ਇੱਕ ਹੋਰ ਗੱਲ, ਇਹ ਸਿਰਫ ਲੁਧਿਆਣੇ 'ਚ ਹੀ ਫੇਮਸ ਨਹੀਂ ਹੈ, ਇਹ ਪੂਰੇ ਪੰਜਾਬ 'ਚ ਫੇਮਸ ਹੈ, ਦੂਰੋਂ ਦੂਰੋਂ ਇੱਥੇ ਬੰਦੇ ਖਾਣ ਨੂੰ ਆਉਂਦੇ ਆ ਪੰਜਾਬ ਦੇ, ਜਿਵੇਂ ਕਿ ਅੰਮ੍ਰਿਤਸਰ ਤੋਂ ਵੀ ਕਈ ਆਉਂਦੇ ਆ, ਲੋਕ ਬਹੁਤ ਖਾਣ ਆਉਂਦੇ ਆ, ਉੱਤੋਂ ਫੇਮਸ ਬਹੁਤ ਹੈ, ਨਾਲੇ ਇਹ ਸਟਰੀਟ ਫੂਡ ਪੂਰੇ ਪੰਜਾਬ 'ਚ ਫੇਮਸ ਹੈ, ਦਿੱਲੀ ਤੋਂ ਵੀ ਸਾਰੇ, ਜਿਨ੍ਹਾਂ ਨੂੰ ਪਤਾ। ਹਾਂਜੀ, ਹੁਣ ਆਪਾਂ ਖਾ ਪੀ ਕੇ ਵਿਹਲੇ ਤਾਂ ਹੋ ਗਏ, ਮਿੱਠਾ ਵੀ ਖਾ ਲਿਆ, ਖੱਟਾ ਵੀ ਖਾ ਲਿਆ, ਤਿੱਖਾ ਵੀ ਖਾ ਲਿਆ, ਸਾਰਾ ਖਾ ਲਿਆ, ਅਤੇ ਸਵਾਦ ਬਹੁਤ ਸੀ, ਅਤੇ ਤੁਹਾਨੂੰ ਵੀ ਇਹੀ ਆਪਾਂ ਸੁਜੈਸਟ ਕਰਾਂਗੇ, ਜੇ ਲੁਧਿਆਣੇ ਆਉਂਦੇ ਹੋ ਇੱਥੇ ਜ਼ਰੂਰ ਵਿਜ਼ਿਟ ਕਰਕੇ ਜਾਇਓ, ਸਾਰਿਆਂ ਨਾਲ ਵਧੀਆ ਸਟਰੀਟ ਫੂਡ ਹੈ, ਜਦ ਮਰਜ਼ੀ ਤੁਸੀਂ ਖਾਣ ਆਇਓ, ਬਹੁਤ ਸਵਾਦ ਹੈ ਜੀ, ਤੁਹਾਨੂੰ ਇਹੀ ਰਿਕੁਐਸਟ ਹੈ, ਆਉਂਗੇ ਖਾਉਂਗੇ ਤਾਂ ਫਿਰ ਕਹੂੰਗੇ ਕਿ ਤੁਹਾਡਾ ਧੰਨਵਾਦ, ਤੁਸੀਂ ਦੱਸਿਆ ਸਾਨੂੰ ਇੰਨੀ ਵਧੀਆ ਜਗ੍ਹਾ। ਚਲੋ ਤੁਹਾਨੂੰ ਮਿਲਦੇ ਹਾਂ ਅਗਲੇ ਵਲੌਗ 'ਚ, ਦੇਖਦੇ ਹਾਂ ਹੁਣ ਅਗਲਾ ਵਲੌਗ ਕਿਹੜਾ ਹੋਊਗਾ, ਕੋਈ ਡਿਸਾਈਡਡ ਨਹੀਂ ਹੁੰਦਾ, ਇਹਦਾ ਔਨ ਦੀ ਸਪੋਰਟ ਆਪਾਂ ਬਣਾ ਦਿੰਦੇ ਹੁੰਦੇ ਹਾਂ, ਅੱਜ ਜਿਵੇਂ ਔਨ ਦੀ ਸਪੋਰਟ ਬਣਾ ਤਾ। ਚਲੋ ਜੀ, ਬਾਏ ਬਾਏ, ਕਹਿ ਦਿਓ ਕੁਛ ਤੁਸੀਂ ਵੀ, ਨਾਲੇ ਸਾਰਿਆਂ ਨਾਲੋਂ ਵੱਡੀ ਗੱਲ, ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ, ਅਤੇ ਬੈੱਲ ਆਈਕਨ ਜ਼ਰੂਰ ਦਬਾਈਓ, ਅਤੇ ਵੀਡੀਓ ਨੂੰ ਅੱਗੇ ਤੋਂ ਅੱਗੇ ਵੱਧ ਸ਼ੇਅਰ ਕਰੀਓ। ਚਲੋ ਜੀ, ਓਕੇ, ਬਾਏ, ਟਾਟਾ, ਟੇਕ ਕੇਅਰ।